ਮਤਾ ਪਹੁੰਚ ਕੇ ਧੀਰ ਮਨ ਦੀ ਪੁੱਤਰ ਨੀਤੀ ਨੂੰ ਪ੍ਰਗਟ ਕਰਨ ਵਾਸਤੇ ਜਦੋਂ ਸਰੂਪ ਨਹੀਂ ਸੀ ਦਿੱਤਾ ਪੱਚੀ ਸਿੰਘ ਕਰਤਾਰਪੁਰ ਤੋਂ ਲੈ ਰਹੇ ਸੀ ਦਇਆ ਸਿੰਘ ਦੇ ਸਮੇਤ ਵਾਪਸ ਮੋੜ ਦਿੱਤੇ ਤਾਨਾ ਮਾਰਿਆ ਸੀ ਜੇ ਗੁਰੂ ਨਾਨਕ ਦੇਵ ਜੀ ਦਾ ਰੂਪ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਾਂ ਸੋ ਕਿਉਂ ਵਿਚਾਰਨ ਕਰ ਲੈਂਦੇ ਧੰਨ ਮੇਰੇ ਛੋਟੀ ਪ੍ਰੀਤ ਨੂੰ ਸੱਚੇ ਪਾਤਸ਼ਾਹ ਜੀ ਨੇ ਜੋ ਤੋਹਾ ਦੁੱਖ ਪਾਇਆ ਤਾਂ ਫਿਰ ਪ੍ਰਤੀਆਂ ਨੂੰ ਦੁਨੀਆਂ ਦੇ ਵਿੱਚ ਹੋਰ ਪ੍ਰਭਾਵ ਪੂਰਨ ਕਰਨ ਵਾਸਤੇ ਸੱਚੇ ਪਾਤਸ਼ਾਹ ਨੇ ਵੀਰ ਆਖਣ ਲਾਇਆ ਭਾਈ ਮਨੀ ਸਿੰਘ ਬੰਦ ਬੰਦ ਕਟਾਉਣ ਵਾਲੇ ਮਹਾਂਬਲੀ ਸ਼ੋਹ ਦੇ ਕਿਸਾਨ ਦੇ ਮੁਖੀ ਨੂੰ ਸੇਵਾ ਸੌਂਪੀ ਭਾਵੇਂ ਸੇਵਾ ਦੇ ਟਾਈਮ ਤੇ ਬੇਨਤੀ ਕੀਤੀ ਗਈ ਪਿਤਾ ਜੀ ਇੰਨੀ ਛੇਤੀ ਕੰਮ ਮੈਂ ਕਿਵੇਂ ਚਲਾਵਾਂਗਾ ਉਸ ਵੇਲੇ ਹੁਕਮ ਹੋਇਆ ਹੈ ਕਿ ਤੁਹਾਨੂੰ ਤੇ ਮਾਣ ਮਿਲਣਾ ਕੱਲ੍ਹ ਮੈਂ ਆਪਣੇ ਆਪ ਕਰਤਾਰਪੁਰ ਦੀ ਕਿਰਪਾ ਨਾਲ ਚੱਲੇਗੀ ਉਸ ਵੇਲੇ ਭਾਈ ਮਨੀ ਸਿੰਘ ਜੀ ਅਸਾਦਰ ਮਨ ਹੋ ਕੇ ਬੈਠ ਗਏ ਗੁਰੂ ਸਾਹਿਬ ਵੀਰ ਆਸਰੋ ਕੇ ਚੌਂਕਰਾ ਮਾਰ ਕੇ ਨਹੀਂ ਚੋਟੀ ਪ੍ਰੀਤ ਨੇ ਵੀਰ ਆਸਰੋ ਕੇ ਬਾਣੀ ਉਚਾਰੀ ਹੈ ਵੀਰ ਆਸਰੋ ਕੇ ਖੰਡੇ ਬਾਤ ਨੂੰ ਅਮਰ ਪਿਆਰ ਕੀਤਾ ਹੈ ਵੀਰ ਆਸਰੋ ਕੇ ਬਾਣੀ ਓਮਕਾਰ ਤੋਂ ਲੈ ਕੇ 18-10-20 ਤੱਕ ਇੱਕ ਇੱਕ ਅੱਖਰ ਸਿਹਾਰੀ ਦੁਆਰੀ ਔਂਕੁਰ ਦਵਿੰਦਰ ਬਿੰਦੀ ਅਰਕ ਉਚਾਰਨ ਕੀਤਾ ਹੈ ਇੱਕ ਵੀ ਲਗ ਮਾਤੋ ਦਾ ਫਰਕ ਨਹੀਂ ਪੈਣ ਦਿੱਤਾ 9 ਮਹੀਨੇ 9 ਦਿਨ 9 ਘੜੀਆਂ ਅਤੇ 9 ਪਲਾਂ ਵਿੱਚ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ 12 ਵਜੇ ਤੱਕ ਬਾਣੀ ਉਚਾਰਨ ਕੀਤੀ ਅਤੇ 12 ਵਜੇ ਤੋਂ ਲੈ ਕੇ ਸ਼ਾਮ ਦੇ ਟਾਈਮ ਤੱਕ ਰਾਸਤਾ ਤੋਂ ਪਹਿਲਾਂ ਸਮੇਂ ਤੱਕ ਆਪ ਸਤਿਗੁਰੂ ਅਰਥ ਕਰਿਆ ਕਰਦੇ ਭਾਈ ਮਨੀ ਸਿੰਘ ਜੀ ਪਾਠ ਕਰਿਆ ਕਰਦੇ ਅਤੇ ਬਾਕੀ ਨੇ ਸਿੰਘ ਬੈਠ ਕੇ ਬਾਣੀ ਸੁਣਿਆ ਕਰਦੇ ਉਹ ਤਾਂ ਗੁਰੂ ਜਾਣਦਾ ਹੈ ਅਤੇ ਜਾਂ ਸਿੰਘ ਜਾਣਦੇ ਆ ਜਦੋਂ ਸਤਿਗੁਰੂ ਜੀ ਆਪ ਅਰਥ ਕਰਦੇ ਹੋਣਗੇ ਅਤੇ ਬ੍ਰਹਮ ਗਿਆਨੀ ਪਾਠ ਕਰਦਾ ਹੋਵੇਗਾ ਅਤੇ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਵਰਗੇ ਜੋ ਉਹਨੇ ਸੁਣਦੇ ਹੋਣਗੇ